ਤਾਂ ਜੇ ਕਿਸਾਨ ਦੋਸਤੋ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜਾ ਗੁਲਾਬੀ ਸੁੰਡੀ ਜਿਹੜੀ ਆ ਕੈਪਸੂਨ ਦੀ ਅਵਸਥਾ ਦੇ ਵਿੱਚ ਆਪਣੇ ਛੱਡੀਆਂ ਦੇ ਵਿੱਚ ਇਸਟਮ ਵਿਦਮਾਨ ਹੈ, ਇਹਦਾ ਸੋਰਸ ਕੀ ਹੈ, ਜਾਂ ਤਾਂ ਜਿੰਨੀਆਂ ਫੈਕਟਰੀਆਂ ਹੈ ਜਾਂ ਨਰਮਾ ਆਪਣੇ ਆਸੇ ਪਾਸੇ ਪਿਆ ਨਰਮਾ। ਕਿਉਂਕਿ ਤੁਹਾਡੇ ਨਾਲ ਪਹਿਲੇ ਵੀ ਗੱਲ ਕੀਤੀ ਸੀਗੀ, ਖੇਤੀਬਾੜੀ ਮਹਿਕਮੇ ਨੇ ਇੰਨੀ ਤਕੜੀ ਮੁਹਿੰਮ ਚਲਾ ਕੇ ਵੀ ਛੱਟੀਆਂ ਨੂੰ ਤੁਹਾਡੇ ਨਾਲ ਸੰਭਾਲਣ 'ਤੇ ਵੀ ਗੱਲ ਕਹੀ, ਪਿੰਡਾਂ 'ਚ ਮੁਨਾਇਦੀ ਵੀ ਕਰਾਈ, ਗੁਰਦੁਆਰਾ ਸਾਹਿਬ 'ਚ ਵੀ ਬੋਲਿਆ ਜਾ ਕੇ, ਆਪਣਾ ਸੋਰਸ ਇੱਕ ਹੀ ਹੈ। ਕਿਉਂਕਿ ਪੂਰੇ ਵਰਲਡ ਦੇ ਵਿੱਚ ਜਿਹੜੀ ਗੁਲਾਬੀ ਸੁੰਡੀ ਹੈ ਸਿਰਫ ਨਰਮੇ ਨੂੰ ਹੀ ਨੁਕਸਾਨ ਕਰਦੀ ਹੈ, ਅਤੇ ਇਹਦਾ ਜਿਹੜਾ ਸੋਰਸ ਜਿਹੜਾ ਹੈ ਉਹ ਜਿਹੜਾ ਕੈਪਸੂਲ ਹੈ ਜਿਹੜਾ ਜਾਂ ਰਹਿੰਦ ਖੁਰਦ ਦੇ ਵਿੱਚ ਟਿੰਡਿਆਂ ਦੇ ਵਿੱਚ ਜਿਹੜੀ ਸੁੰਡੀ ਜਿਹੜੀ ਹੈ ਉਹ ਛੱਟੀਆਂ ਦੇ ਵਿੱਚ ਹੀ ਪਈ ਹੈ, ਤਾਂ ਛੱਟੀਆਂ ਦਾ ਉਪਰਾਲਾ ਤਾਂ ਆਪਾਂ ਆਪ ਹੀ ਕਰਨਾ ਜਾ ਕੇ, ਤਾਂ ਜੇ ਆਪਾਂ ਘੱਟੋ ਘੱਟ ਜਿਹੜਾ 20-25-30% ਤੱਕ ਜਿਹੜਾ ਹੈ ਨੁਕਸਾਨ ਆਪਾਂ ਘੱਟ ਕਰ ਸਕੀਏ। ਬਾਕੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਜਿੰਨੀ ਫੈਕਟਰੀਆਂ ਵਾਲੇ ਨੇ, ਯਾਨੀ ਕਿ ਉਹਨਾਂ ਨੂੰ ਇੰਸਟਰਕਸ਼ਨ ਦੇ ਰੱਖੀ ਹੈ ਵੀ ਜਿਹੜਾ ਤੁਹਾਡਾ ਬਿਨੋਲਾ ਜਾਂ ਕੁਛ ਬਚਦਾ ਹੈ ਉਹਦੇ ਤੁਸੀਂ ਐਲਮੀਨੀਅਮ ਫਾਸਫਾਈਡ ਦੀ ਗੋਲੀਆਂ ਲਾ ਕੇ ਉਹਨੂੰ ਗੈਸ ਫਿਊਮੀਗੇਟ ਕਰ ਦਿਓ, ਤਾਂ ਜਿਹੜੇ ਉਹਦੇ ਜਿਹੜੇ ਜਰਾਸੀਮ ਨੇ, ਜਿਹੜੇ ਪਿਊਪਾ ਨੇ, ਜਿਹੜੇ ਕੈਪਸੂਲ ਨੇ, ਉੱਥੇ ਖਤਮ ਹੋ ਜਾਏ। ਇੱਕ ਤਾਂ ਇੱਕ ਉਪਰਾਲਾ ਸੀ ਵੀ ਆਪਾਂ ਪਹਿਲਾਂ ਮੁੱਢ ਨੂੰ ਮਾਰਨਾ, ਆਪਾਂ ਕਿੱਥੇ ਨੂੰ ਮਾਰ ਸਕਦੇ ਹਾਂ। ਦੂਸਰਾ, ਜਿਵੇਂ ਡਾਕਟਰ ਮਨਪ੍ਰੀਤ ਤੁਹਾਨੂੰ ਦੱਸ ਕੇ ਵੀ ਗਏ ਨੇ ਵੀ ਜਿਹੜੀ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਰਿਫਿਊਜੀਆ ਜ਼ਰੂਰ ਲਾਈਏ 120 ਗ੍ਰਾਮ ਆਸੇ ਪਾਸੇ। ਹਾਲਾਂਕਿ ਹੁਣ BT ਕੰਪਨੀਆਂ ਨੇ ਰਿਫਿਊਜੀਆ ਵਿੱਚ ਹੀ ਦੇਤਾ, ਕਿਉਂਕਿ ਜਦੋਂ ਮੇਨ ਘੁਮੱਕੜ ਦਾ ਮੇਨ ਪਰਵਾਨੇ ਦਾ ਜਦੋਂ ਅਟੈਕ ਹੋਊਗਾ ਤਾਂ ਉਹ ਰਿਫਿਊਜੀਆ ਦੇ ਉੱਪਰ ਆਊਗਾ, ਆਪਣੀ ਮੇਨ ਫਸਲ ਤਾਂ ਬਚ ਜੂਗੀ ਜਾ ਕੇ, ਘੱਟ ਅਟੈਕ ਹੋਊਗਾ ਜਾ ਕੇ। ਨੰਬਰ 3 'ਤੇ ਜਿਹੜੀ ਹੈ ਉਹ ਜਿਹੜੀ ਹੈ ਸਪੇਸਿੰਗ, ਜਿਵੇਂ ਡਾਕਟਰ ਸਾਹਿਬ ਤੁਹਾਨੂੰ ਦੱਸ ਕੇ ਗਏ ਵੀ ਕਿਹੜੇ ਪਾੜੇ ਦੇ ਬੀਜਣਾ, ਬਿਲਕੁਲ ਨੇੜੇ ਨੇੜੇ ਨਹੀਂ ਬੀਜਣਾ, ਕਿਉਂਕਿ ਮਗਰ ਉਹਦਾ ਕੀ ਹੋਣਾ ਕਿ ਮਾਈਕਰੋ ਕਲਾਈਮੇਟ ਜਿਹੜੀ ਇਸ ਤਰ੍ਹਾਂ ਦੀ ਬਣ ਜਾਣੀ ਹੈ, ਜਦੋਂ ਗੁਲਾਬੀ ਸੁੰਡੀ ਦਾ ਅਟੈਕ ਜਦੋਂ ਹੁੰਦਾ, ਅਗਰ ਸੰਘਣਾ ਬੀਜਿਆ ਹੁੰਦਾ ਨਰਮਾ ਜਾ ਕੇ ਤਾਂ ਸੁੰਡੀ ਨੂੰ ਵਧਣ ਫੁੱਲਣ ਵਾਸਤੇ ਬੜਾ ਸਹੀ ਜਿਹਾ ਮੌਸਮ ਮਿਲ ਜਾਂਦਾ ਜਾ ਕੇ। ਇਸ ਕਰਕੇ ਜ਼ਿਆਦਾ ਸੰਘਣਾ ਨਹੀਂ ਬੀਜਣਾ। ਬਾਕੀ ਸਾਡੀਆਂ ਕੰਪੇਨਾਂ ਜਿਹੜੀਆਂ ਚੱਲ ਰਹੀਆਂ ਉਹ ਤਾਂ ਅਸੀਂ ਕੰਟਰੋਲ ਕਰ ਹੀ ਰਹੇ ਹਾਂ। ਦੂਜੇ ਨੰਬਰ 'ਤੇ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ, ਬਾਕੀ ਜਿਹੜਾ ਮੂਵਮੈਂਟ ਹੈ ਜਿਹਨਿੰਗ ਫੈਕਟਰੀਆਂ ਦਾ, ਇਹਦਾ ਵੀ ਕੰਟਰੋਲ ਕਰ ਰਹੇ ਹਾਂ। ਬਾਕੀ ਜਿਹੜੀਆਂ ਲੈਫਟ ਓਵਰ ਜਿਹੜਾ ਵੀ ਤੁਹਾਡਾ, ਤੁਸੀਂ ਅੱਗ ਵੀ ਲਾ ਰਹੇ ਹੋ, ਇਹ ਤੁਹਾਡਾ ਉਪਰਾਲਾ ਤੁਹਾਡੇ ਆਪ ਦੇ ਲੋੜ 'ਤੇ ਕਰਨਾ ਹੈ, ਕਿਉਂਕਿ 10 ਕੁਇੰਟਲ ਵੀ ਜੇਕਰ ਨਰਮਾ ਹੋ ਗਿਆ ਤਾਂ 1 ਲੱਖ ਰੁਪਏ ਦਾ ਨਰਮਾ ਹੋ ਗਿਆ। ਛੱਟੀਆਂ ਦੀ ਸਾਂਭ ਸੰਭਾਲਾਈ 4 ਬੰਦੇ ਲਾ ਕੇ 2000 ਦਾ ਹੀ ਖਰਚਾ ਬੈਠਣਾ, ਆਪਾਂ 96,000 ਰੁਪਇਆ ਦੇਖਣਾ ਹੈ, 2000 ਰੁਪਏ ਨਹੀਂ ਦੇਖਣੇ ਆਪਾਂ ਜਾ ਕੇ। ਅਤੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਹੁਣ ਮੈਂ ਗੱਲ ਕਰਾਂ, ਆਪਾਂ ਗੁਲਾਬੀ ਸੁੰਡੀ ਦੀ ਨਿਗਰਾਨੀ ਕਿਸ ਤਰ੍ਹਾਂ ਕਰਨੀ ਹੈ, ਕਿਉਂਕਿ ਇਹ ਬੜਾ ਅਹਿਮ ਹੈ। ਜੇਕਰ ਆਪਾਂ ਗੁਲਾਬੀ ਸੁੰਡੀ ਨੂੰ ਨਿਗਰਾਨੀ ਕਰ ਲਈ, ਮੈਂ ਤੁਹਾਡੇ ਨਾਲ ਪਹਿਲੇ ਵੀ ਗੱਲ ਕੀਤੀ ਹੈ, ਹੌਸਲਾ ਕਿੱਦਾਂ ਰੱਖਣਾ, ਹੌਸਲਾ ਰੱਖਣਾ ਯੂਕਰੇਨ ਵਰਗਾ ਅਤੇ ਹੌਸਲਾ ਰੱਖਣਾ ਰਸ਼ੀਆ ਵਰਗਾ, ਤਾਂ ਹੀ ਗੁਲਾਬੀ ਸੁੰਡੀ ਕੰਟਰੋਲ ਹੋ ਸਕਦੀ ਹੈ। ਅਦਰਵਾਈਜ਼ ਮਗਰੋਂ ਜਾ ਕੇ ਆਪਾਂ ਫਿਰ ਐਸਟੀਮ ਸਾਹਿਬ ਨੂੰ ਕਹਾਂਗੇ, ਡਾਕਟਰ ਸਾਹਿਬ ਸਰ ਜੀ ਗੁਲਾਬੀ ਸੁੰਡੀ ਕੰਟਰੋਲ ਨਹੀਂ ਹੋਈ, ਇਹਦੇ 'ਚ ਆਪਣਾ ਬਹੁਤ ਵੱਡਾ ਰੋਲ ਹੈ, ਆਪਣਾ ਇਲਮ ਬੜਾ ਉੱਪਰ ਹੋਣਾ ਚਾਹੀਦਾ, ਆਪਾਂ ਗੁਲਾਬੀ ਸੁੰਡੀ ਸਮਝਣਾ ਬਹੁਤ ਜ਼ਰੂਰੀ ਹੈ। ਤਾਂ ਇਸ ਕਰਕੇ ਜਦੋਂ ਆਪਾਂ ਨਰਮੇ ਦੀ ਬਿਜਾਈ ਕਰਤੀ, ਘੁਮੱਕੜੇ ਪਰਵਾਨੇ ਉੱਡ ਕੇ ਆਉਣਗੇ, ਤਾਂ ਸਿੰਪਲ ਜੀ ਗੱਲ ਹੈ, ਆਪਾਂ ਘੁਮੱਕੜਾਂ ਨੂੰ ਕਿਸ ਤਰ੍ਹਾਂ ਨਿਗਰਾਨੀ ਕਰਨੀ ਹੈ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਇਹਦੇ ਵਾਸਤੇ ਜਿਹੜੀ ਫਿਰੋਮੋਨ ਦੀ ਟਰੈਪ ਜਿਹੜੀ ਹੈ, ਫਿਰੋਮੋਨ ਤੁਸੀਂ ਪਹਿਲੇ ਵੀ ਜਦੋਂ ਨਾ 15-20 ਸਾਲ ਪਹਿਲੇ ਆਪਾਂ ਲਾਉਂਦੇ ਰਹੇ ਹਾਂ, ਫਿਰੋਮੋਨ ਜਿਹੜੀ ਸਿੰਪਲ ਜੀ ਟੈਕਨੀਕਸ ਹੈ, ਫਿਰੋਮੋਨ ਟਰੈਪ ਟੈਕਨੀਕਸ। ਤੁਹਾਨੂੰ ਮੈਂ ਹੋਰ ਵੀ 10 ਮਿੰਟ ਜੇ ਟਾਈਮ ਦਿੰਦੇ, ਗੁਲਾਬੀ ਸੁੰਡੀ ਨੂੰ ਕੰਟਰੋਲ ਕਰਨ ਵਾਸਤੇ ਦਵਾਈਆਂ ਵੀ ਹੈ, ਫਿਰੋਮੋਨ ਟਰੈਪ ਵੀ ਇੱਕ ਬਹੁਤ ਅੱਛੀ ਟੈਕਨੀਕਸ, ਕਿਉਂਕਿ USA ਦੇ ਵਿੱਚ ਇਹ ਬਹੁਤ ਵੱਡੀ ਅਲਾਮਤ ਸੀਗੀ। USA ਦੇ ਵਿੱਚ ਇਸ ਕੀੜੇ ਨੂੰ ਉਹਨਾਂ ਨੇ ਕਿਸ ਤਰ੍ਹਾਂ ਕੰਟਰੋਲ ਕੀਤਾ, ਇੱਕ ਸਪਲੈਟ ਟੈਕਨੀਕ, ਨਵੀਂ ਟੈਕਨੀਕਸ ਆਈ ਹੈ, ਉਹਦੇ ਦਵਾਈਆਂ ਦੀ ਜ਼ਹਿਰ ਦੀ ਵਰਤੋਂ ਵੀ ਨਹੀਂ ਕਰਨੀ ਪੈਂਦੀ ਸਪਲੈਟ ਟੈਕਨੀਕ ਦੇ ਬਾਰੇ, ਉਹਦੇ ਵੀ ਆਪਾਂ ਡਿਸਕਸ ਕਰਾਂਗੇ ਆਪਾਂ। ਤਾਂ ਜਿਹੜੀ ਇਹ ਸਭ ਤੋਂ ਪਹਿਲੇ ਜਦੋਂ ਆਪਣੀ ਫੁੱਲ ਗੱਡੀ ਜਿਹੜੀ ਖਿੜਦੀ ਹੈ, ਜਦੋਂ ਆਪਣੀ ਜਦੋਂ ਫੁੱਲ ਫਲਾਕਾ ਜਿਹਾ ਆਪਣਾ ਸਟਾਰਟ ਹੁੰਦਾ ਜਾ ਕੇ, ਆਪਾਂ 1 ਕਿੱਲੇ ਦੇ ਵਿੱਚ ਆਪਾਂ ਜਿਹੜੇ ਹੈ 3-4 ਇਹ ਫਿਰੋਮੋਨ ਟਰੈਪ ਲਾਉਣੇ ਹੈ। ਇਹਦੇ ਵਿੱਚ ਇੱਕ ਲਿਓਰ ਲੱਗੀ ਹੋਈ ਹੈ, ਇਹ ਲਿਓਰ ਇਹਦੇ 'ਚ ਜਾ ਕੇ ਫਿੱਟ ਹੋ ਜਾਂਦੀ ਜਾ ਕੇ, ਕਿਉਂਕਿ ਹਰੇਕ ਕੀੜੇ ਦਾ ਲਿਓਰ ਅੱਡ ਅੱਡ ਆਉਂਦਾ ਜਾ ਕੇ, 1 ਮੇਲ ਦਾ ਲਿਓਰ ਹੈ ਜਾ ਕੇ। ਜਦੋਂ ਆਪਾਂ 1 ਕਿੱਲੇ ਦੇ ਵਿੱਚ ਘੱਟੋ ਘੱਟ ਜਿਹੜਾ 3 ਹੈ ਜਾਂ ਵੱਧ ਤੋਂ ਵੱਧ ਆਪਾਂ 8 ਵੀ ਲਾ ਸਕਦੇ ਹਾਂ, ਜਿੰਨੇ ਵੱਧ ਲਾ ਸਕੀਏ ਤਾਂ ਆਪਾਂ ਨੂੰ ਉਨਾ ਹੀ ਜ਼ਿਆਦਾ ਫਾਇਦਾ ਹੈ। ਜਦੋਂ ਆਪਾਂ ਇਸ ਲਿਓਰ ਨੂੰ ਲਾ ਦਾਂਗੇ ਜਾ ਕੇ, ਤਾਂ ਜਿਹੜੇ ਪਰਵਾਨੇ ਉੱਡੇ ਫਿਰਦੇ ਨੇ, ਜਿਹੜੇ ਇਹ ਜਿਹੜੀ ਲਿਓਰ ਜਿਹੜੀ ਹੈ ਇਹ ਖੁਸ਼ਬੋ ਕਾਹਦੀ ਛੱਡਦੀ ਹੈ, ਫੀਮੇਲ ਦੀ, ਅਤੇ ਜਿਹੜਾ ਮੇਲ ਉੱਡਿਆ ਫਿਰਦਾ ਉਹ ਜਾ ਕੇ ਆਪਣੇ ਇਹਦੇ ਅੰਦਰ ਆ ਕੇ ਫਸ ਜਾਂਦਾ ਜਾ ਕੇ। ਜਦੋਂ ਆਪਾਂ ਨੂੰ ਪਤਾ ਲੱਗਿਆ ਵੀ ਨਰਮੇ ਦੀ ਆਪਾਂ ਬਿਜਾਈ ਕਰਤੀ 45-50 ਦਿਨ ਦੇ ਬਾਅਦ, ਜਦੋਂ ਫੁੱਲ ਗੁੱਡੀ ਚੱਕਣਾ ਸਟਾਰਟ ਹੋ ਗਿਆ 50 ਦਿਨ 'ਤੇ ਜਾ ਕੇ, ਜਦੋਂ ਆਪਣੀ ਕੈਪਸੂਲ ਆਪਣਾ ਲਾਇਆ, ਉਹਦੀ ਖੁਸ਼ਬੂ ਜਦੋਂ ਆਊਗੀ ਜਾ ਕੇ ਇਹਦੇ ਘੁਮੱਕੜ ਆ ਜੂਗਾ, ਤਾਂ ਆਪਾਂ ਨੂੰ ਪਤਾ ਲੱਗ ਜਾਊ ਵੀ ਗੁਲਾਬੀ ਸੁੰਡੀ ਦਾ ਹੱਲਾ ਜਿਹੜਾ ਸਟਾਰਟ ਹੋਣ ਵਾਲਾ ਹੈ ਜਾਂ ਹੋਰ। ਕਿਉਂਕਿ ਘੁਮੱਕੜ ਨੇ ਕੀ ਦੇਖ ਅੰਡੇ ਦਿੱਤੇ ਹੈ, ਅੰਡੇ 5-7-8 ਦਿਨ ਫੁੱਟ ਜਾਂਗੇ ਤਾਂ ਸੁੰਡੀ ਨਿਕਲੂਗੀ, ਤਾਂ ਆਪਾਂ ਨੂੰ 5-7 ਦਿਨ ਦੇ ਵਿੱਚ ਟਾਈਮ ਮਿਲ ਜੂਗਾ ਕਿ ਆਪਾਂ ਕੋਈ ਸੁੰਡੀ ਵਾਲੀ ਸਪਰੇਅ ਜਿਹੜੀ ਆਪਾਂ ਉਹ ਕਰ ਸਕੀਏ ਵਿੱਚੇ। ਤਾਂ ਘੱਟੋ ਘੱਟ ਜਿਹੜੇ ਫੈਰੋਮੋਨ ਟਰੈਪ ਹੈ, 3 ਤਾਂ ਆਪਾਂ ਕਿੱਲੇ ਦੇ ਲਾਈਏ,
ਅਤੇ ਇਹਨਾਂ ਦੀ ਜਿਹੜੀ ਹਾਈਟ ਹੈ ਜਿਹੜੀ ਵੀ ਆਪਣੀ ਨਰਮੇ ਦੀ ਹਾਈਟ ਹੋਊਗੀ ਉਹਦੇ ਤੋਂ 15 ਸੈਂਟੀਮੀਟਰ ਉੱਪਰ ਲੈਣਾ ਜਾ ਕੇ ਪਰਵਾਨੇ ਵਿੱਚ ਜਾ ਕੇ ਫਸ ਸਕਣ ਜਾ ਕੇ। ਇਹ ਸਪੈਸ਼ਲੀ ਜਿਹੜੀ ਇਸ ਤਰ੍ਹਾਂ ਦੀ ਲਿਓਰ ਆਉਂਦੀ ਹੈ ਇਸ ਤਰ੍ਹਾਂ ਲਾ ਸਕਦੇ ਹਾਂ। ਅਤੇ ਇੱਕ ਆਪਾਂ ਹੋਰ ਵੀ ਕਰ ਸਕਦੇ ਵੀ ਆਪਾਂ ਸਪਰੇਅ ਕਦੋਂ ਕਰਨੀ ਹੈ ਜਾ ਕੇ ਇਸ ਤਰ੍ਹਾਂ, ਜੇਕਰ ਆਪਾਂ ਘੱਟੋ ਘੱਟ ਜੇ 8 ਲਾ ਦਈਏ ਆਪਾਂ ਜਾ ਕੇ ਤਾਂ ਰੋਜ਼ ਆਪਾਂ ਜਾ ਕੇ ਉਹਦੀ ਗਿਣਤੀ ਕਰੀਏ ਆਪਾਂ ਜਾ ਕੇ, ਜੇਕਰ ਰੋਜ਼ ਹੀ 7-8 ਵਿੱਚ ਆ ਰਹੇ ਹੈ 3 ਦਿਨ ਦੀ ਗਿਣਤੀ ਮਿਕਦਾਰ ਕਰ ਲਈਏ 24-25 ਦਿਨ ਦੇ ਵਿੱਚ ਫਸ ਜਾਂਦੇ ਤਾਂ ਆਪਾਂ ਉਦੋਂ ਸਪਰੇਅ ਕਰਨਾ ਆਪਣਾ ਕੰਮ ਸਟਾਰਟ ਕਰ ਦੇਣਾ ਚਾਹੀਦਾ। ਹੋ ਸਕਦਾ ਆਪਾਂ ਨੂੰ ਉਦੋਂ ਲੋੜ ਆਪਾਂ ਨੂੰ ਪਊਗੀ ਵੀ ਸਹੀ ਸਪਰੇਅ ਕਰਨ ਦੀ ਜਾ ਕੇ। ਅਤੇ ਦੂਜੇ ਨੰਬਰ 'ਤੇ ਇਹ ਨਹੀਂ ਹੈ ਕਿ ਆਪਾਂ ਇੱਕ ਵਾਰੀ ਲਾ ਤੀ ਤਾਂ ਭੁੱਲ ਗਏ ਆਪਾਂ। ਜਦੋਂ ਜੈੱਟ ਦੀ ਟਿੱਕੀ ਉਹ ਆਪਾਂ ਲਾਉਂਦੇ ਹਾਂ ਮੱਛਰ ਮਾਰਨ ਵਾਸਤੇ, ਇਹ ਨਹੀਂ ਹੈ ਕਿ ਉਹ ਪਰਮਾਨੈਂਟ ਹੀ ਚੱਲਦੀ ਰਹਿੰਦੀ ਹੈ, 10-15 ਦਿਨ ਬਾਅਦ ਇਹਨੂੰ ਆਪਾਂ ਚੇਂਜ ਵੀ ਕਰਦੇ ਰਹੀਏ ਜਾ ਕੇ। ਇਹ ਇੱਕ ਲਗਾ ਦਈਏ ਉਹ ਭੁੱਲ ਗਿਆ ਜਾ ਕੇ, ਯਾਨੀ ਕਿ ਵੀ ਆਪਾਂ ਇਹ ਵੀ ਨਹੀਂ ਕਰਨਾ ਵੀ ਡਾਕਟਰ ਸਾਹਿਬ ਨੇ ਦੱਸਿਆ ਸੀਗਾ ਵੀ ਇਹ ਗੁੱਥਲੀਆਂ ਜੀਆਂ ਲਾਤੀਆਂ ਅਤੇ ਗੁਲਾਬੀ ਸੁੰਡੀ ਕੰਟਰੋਲ ਹੋ ਗਈ। ਇਹ ਗੁੱਥਲੀਆਂ ਤੁਹਾਨੂੰ ਇੰਡੀਕੇਸ਼ਨ ਦੇਣਗੀਆਂ ਬਈ ਸਾਇਰਨ ਵੱਜ ਰਿਹਾ, ਇਹ ਸਾਇਰਨ ਹੈ ਗੁਲਾਬੀ ਸੁੰਡੀ ਦਾ। ਯੂਕਰੇਨ 'ਚ ਕਹਿੰਦੇ ਵੀ 2-328 ਵਾਰੀ ਸਾਇਰਨ ਵੱਜਿਆ, ਇੰਨੇ ਵਾਰ ਵਜੇ ਸਾਇਰਨ ਵੱਜਦਾ ਜਾ ਕੇ ਵੀ ਗੁਲਾਬੀ ਸੁੰਡੀ ਦਾ ਹੱਲਾ ਹੋ ਸਕਦਾ, ਤੁਸੀਂ ਉਪਰਾਲੇ ਕਰ ਲਓ ਜਾ ਕੇ। ਨੰਬਰ 2 'ਤੇ ਇਹ ਤਾਂ ਇੱਕ ਤਰੀਕਾ ਸੀਗਾ, ਬਾਕੀ ਇੱਕ ਟੈਕਨੀਕ ਦੀ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਸੀ, ਸਪਲੈਟ ਟੈਕਨੀਕ ਜਿਹੜੀ ਨਵੀਂ ਟੈਕਨੀਕਸ ਆਈ ਹੈ। ਹਾਲਾਂਕਿ ਯੂਨੀਵਰਸਿਟੀ ਨੇ 3 ਸਾਲ ਟ੍ਰਾਇਲ ਲਾ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਉੱਪਰ ਸਟੇਟ ਡਿਪਾਰਟਮੈਂਟ ਐਗਰੀਕਲਚਰ ਨੂੰ ਟੈਕਨੀਕਸ ਦੇ ਵੀ ਦਿੱਤੀ ਹੈ ਅਤੇ ਬਹੁਤ ਹੀ SDM ਸਾਹਿਬ ਬਹੁਤ ਹੀ ਤੁਸੀਂ ਸੁਣਿਆ ਵੀ ਹੋਊਗਾ ਸਪਲੈਟ ਟੈਕਨੀਕ ਬਾਰੇ, ਬਹੁਤ ਹੀ ਅੱਛੀ ਟੈਕਨੀਕਸ ਹੈ। ਔਰ USA ਦੇ ਵਿੱਚ ਗੁਲਾਬੀ ਸੁੰਡੀ ਕੰਟਰੋਲ ਨਹੀਂ ਹੁੰਦੀ ਸੀਗੀ, ਜਿਹੜਾ 100% ਕੰਟਰੋਲ ਹੈ ਉਹਨਾਂ ਨੇ ਕੀਤਾ ਗੁਲਾਬੀ ਸੁੰਡੀ ਦਾ, ਉਹ ਸਪਲੈਟ ਟੈਕਨੀਕਸ ਨਾਲ ਹੀ ਕੀਤਾ। ਉਹ ਸਪਲੈਟ ਟੈਕਨੀਕ ਨੂੰ ਆਪਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵੀ ਸਪਲੈਟ ਟੈਕਨੀਕਸ ਹੁੰਦੀ ਕਿਸ ਤਰ੍ਹਾਂ ਦੀ ਟੈਕਨੀਕਸ ਹੈ, ਕਿਉਂਕਿ ਜੇਕਰ ਆਪਾਂ ਪਹਿਲਾਂ ਸਪਲੈਟ ਦੀ ਆਪਾਂ ਫੁੱਲ ਫੋਮ ਵੇਖੀਏ ਅੰਗਰੇਜ਼ੀ ਦੇ ਵਿੱਚ, ਤਾਂ ਇਹ ਸਪੈਸ਼ਲਾਈਜ਼ਡ ਫਿਰੋਮੋਨਸ ਲਿਓਰ ਐਪਲੀਕੇਸ਼ਨ ਟੈਕਨੋਲੋਜੀ। ਮਲਿਕ ਸਾਹਿਬ, ਸਪੈਸ਼ਲਾਈਜ਼ ਐਸ ਫਿਰੋਮੋਨ ਲਿਓਰ ਐਪਲੀਕੇਸ਼ਨ ਟੈਕਨੋਲੋਜੀ ਹੈ ਉਹਦੇ 'ਚ। ਫਿਰੋਮੋਨ ਕੈਪਸੂਲ ਦੀ ਫੀਮੇਲ ਦੀ ਖੁਸ਼ਬੋ ਹੀ ਆਉਂਦੀ ਉਹਦੇ ਵਿੱਚ ਵੀ, ਲੇਕਿਨ ਉਹਨੇ ਟੈਕਨੀਕਸ ਕਿਸ ਤਰ੍ਹਾਂ ਦੀ ਇਜਾਦ ਕੀਤੀ ਹੈ, ਉਹਨਾਂ ਨੇ ਕੀ ਕੀਤਾ ਵੀ ਜਦੋਂ ਸਿਰਫ ਇੱਕ ਹੀ ਕੰਮ ਕੀਤਾ, ਇਹਦੇ ਵਿੱਚ ਆਪਾਂ ਕੋਈ ਵੀ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ, ਕੰਮ ਇਹ ਕਰਨਾ ਇਹਦੇ 'ਚ ਇੱਕ ਟਿਊਬ ਆਉਂਦੀ ਹੈ, ਜਿਵੇਂ ਕੋਲਗੇਟ ਦੀ ਟਿਊਬ ਨਹੀਂ ਆਉਂਦੀ ਪੇਸਟ ਦੀ, ਇਸ ਤਰ੍ਹਾਂ ਦੀ ਇੱਕ ਟਿਊਬ ਆਉਂਦੀ ਹੈ। ਅਤੇ ਇਸ ਟਿਊਬ ਨੂੰ ਆਪਾਂ ਨਰਮੇ ਦੇ ਵਿੱਚ ਜਦੋਂ ਫੁੱਲ ਗੁੜ ਪਹਿਲੇ 50 ਦਿਨ ਦੇ ਉੱਪਰ, ਫਿਰ 80 ਦਿਨ ਦੇ ਉੱਪਰ, ਫਿਰ 30 ਦਿਨ ਦਾ ਵਕਫਾ ਹੋਰ ਪਾ ਲਓ, ਉਹਦੇ ਉੱਪਰ ਆਪਾਂ ਜਾ ਕੇ ਟਿਊਬ ਨੂੰ 3 ਵਾਰੀ ਜਿਹੜੀ ਆਪਾਂ ਟਿਊਬ ਲਾਉਣੀ ਹੈ। ਟਿਊਬ ਲਾਉਣੀ ਕਿਸ ਤਰ੍ਹਾਂ ਹੈ, ਉਹ ਟਿਊਬ ਪਹਿਲੀ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਉਹ 50-60 ਦਿਨ ਦੇ ਉੱਪਰ, ਦੂਸਰੀ 80-90 ਦਿਨ ਦੇ ਉੱਪਰ, ਤੀਜੀ 110 ਤੋਂ ਲੈ ਕੇ 120 ਦਿਨ ਦੇ ਉੱਪਰ। ਇਸ ਤਰ੍ਹਾਂ ਦੀ ਇੱਕ ਜਿਵੇਂ ਆਪਣੀ ਪੇਸਟ ਵਾਲੀ ਟਿਊਬ ਆਉਂਦੀ ਹੈ, ਉਸ ਤਰ੍ਹਾਂ ਦੀ ਇੱਕ ਸਿੰਪਲ ਟਿਊਬ ਆਊਗੀ ਜਾ ਕੇ, ਜਿਹਨੂੰ ਕਿ ਨਾਟਕੋ ਕੰਪਨੀ ਨੈਟਮੈਟ ਜਿਹੜੀ ਗੋਸੀ ਪਲਿਓਰ ਨੇ ਬਣਾਈ ਹੈ ਕੰਪਨੀ ਨੇ ਜਿਹੜੀ ਹੈ, ਹਾਲਾਂਕਿ ਹੋ ਸਕਦਾ ਹੈ ਕਿ ਬਹੁਤ ਟਾਈਮ ਥੋੜ੍ਹੇ ਟਾਈਮ ਬਾਅਦ ਮਾਰਕੀਟ 'ਚ ਆ ਵੀ ਜਾਵੇ ਤੁਹਾਡੇ, ਯਾਨੀ ਕਿ ਉਹ ਤਾਂ ਬੜੀ ਸਸਤੀ ਟੈਕਨੀਕਸ ਜਿਹੜੀ ਹੈਗੀ ਉਹ, ਉਹਦੇ ਵਿੱਚ ਤੁਸੀਂ ਇਹ ਕੀ ਕਰਨਾ ਹੈ ਵੀ 1 ਕਿੱਲੇ ਦੇ ਵਿੱਚ ਜਿਹੜਾ ਹੈ ਉਹ ਟੈਕਨੀਕਸ ਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ, ਉਹਦਾ ਤਰੀਕਾ ਇਹ ਹੈ ਵੀ ਜਿਸ ਤਰ੍ਹਾਂ ਆਪਾਂ ਇਹ ਪੇਸਟ ਖੋਲਦੇ ਹਾਂ, ਮੇਰਾ ਮਤਲਬ ਦਿਖਾਉਣ ਦਾ ਸਿਰਫ ਇਹੀ ਸੀਗਾ, ਹਲੇ ਮਾਰਕੀਟ ਦੇ ਵਿੱਚ ਆ ਗਈ ਹੈ ਲੇਕਿਨ ਟ੍ਰਾਇਲ ਅਸੀਂ ਕਰ ਲਿਆ। ਆਪਾਂ ਇੱਕ ਥਾਂ 'ਤੇ, 2 ਥਾਂ 'ਤੇ, 3 ਥਾਂ 'ਤੇ ਨਰਮੇ ਦੀ ਉੱਪਰਲੀ ਇੰਨੀ ਥਾਂ ਛੱਡ ਕੇ ਆਪਾਂ ਜਾ ਕੇ ਜਿਹੜੀਆਂ ਨੋਟ ਨੇ, ਜਿਹੜੀਆਂ ਸਿੱਖਾਵਾਂ ਨੇ, ਉੱਥੇ ਜਾ ਕੇ ਆਪਾਂ ਇਸ ਤਰ੍ਹਾਂ ਇਹਨੂੰ ਛੱਡਣਾ, ਜਾ ਕੇ ਟਿਊਬ ਲਾ ਕੇ ਦਿਖਾਉਣੀ ਹੈ ਆਪਾਂ 400 ਥਾਵਾਂ ਦੇ ਉੱਪਰ। ਇੱਕ 'ਤੇ 5 ਮੀਟਰ ਛੱਡ ਦਿਉ, ਥੋੜ੍ਹਾ ਛੱਡ ਦਿਉ, ਫਿਰ ਛੱਡ ਦਿਉ ਜਾ ਕੇ। ਚਾਰ ਸੌ ਥਾਵਾਂ 'ਤੇ ਪਹਿਲੀ ਜਗ੍ਹਾ 'ਤੇ ਗਏ, ਦੂਸਰੀ 'ਤੇ ਵਾਪਿਸ ਆ ਗਏ, ਉਹਦੇ ਅਪੋਜਿਟ ਕਿੱਥੇ ਲਾ ਕੇ ਪੂਰੇ 400 ਥਾਵਾਂ 'ਤੇ ਪੂਰੀਆਂ ਕਰ ਲਓ। ਹੁਣ ਹੋਊਗਾ ਕਿ ਵੀ ਇਹ ਟਿਊਬ ਕੰਮ ਕੀ ਕਰਦੀ ਹੈ, ਟਿਊਬ ਲਾਉਣ ਦੇ ਬਾਅਦ ਕੁਛ ਟਾਈਮ ਦੇ ਬਾਅਦ ਇਹ ਟਿਊਬ ਜਿਹੜੀ ਹੈ ਸੁੱਕ ਕੇ ਬਿਲਕੁਲ ਕਾਲੀ ਜੀ ਪੈ ਜਾਂਦੀ ਜਾ ਕੇ। ਦਵਾਈ ਕੋਈ ਨਹੀਂ ਸਪਰੇਅ ਕਰ ਰਹੇ ਆਪਾਂ, ਸਿਰਫ ਇਹ ਟਿਊਬ ਲਾ ਰਹੇ ਆਪਾਂ, ਉਹ ਵੀ ਨਰਮੇ ਦੇ ਸੀਜ਼ਨ 3 ਵਾਰੀ ਹੀ ਲੱਗੂਗੀ ਜਾ ਕੇ। ਆਪਾਂ ਪਹਿਲੇ 50 ਦਿਨ 'ਤੇ, ਫਿਰ 80 ਦਿਨ 'ਤੇ, ਫਿਰ 180 ਦਿਨ ਦੇ ਬਾਅਦ ਆਪਾਂ ਤੀਜੀ, ਫਿਰ ਆਪਾਂ ਬਾਅਦ ਟਿਊਬ ਲਾ ਦੇਣੀ ਹੈ। 400 ਥਾਵਾਂ ਦੇ ਉੱਪਰ ਟਿਊਬ ਲਾਉਣੀ ਹੈ। ਟਿਊਬ ਕੰਮ ਕੀ ਕਰਦੀ, ਲਾਈ ਕਿੱਥੇ ਆਪਾਂ, ਨਰਮੇ ਦੇ ਇੰਨੀ ਕੁ ਥਾਂ ਛੱਡ ਕੇ ਨੋੜ ਦੇ ਉੱਪਰ ਲਾਈ ਹੈ, ਕਿਉਂਕਿ ਜਿੱਥੇ ਮੇਲ ਅਤੇ ਫੀਮੇਲ ਆਪਸ 'ਚ ਮੀਟਿੰਗ ਕਰਦੀਆਂ, ਜਿੱਥੇ ਨੈਚੁਰਲ ਦੇ ਵਿੱਚ ਆਪਸ 'ਚ ਮੀਟਿੰਗ ਕਰਦੀਆਂ, ਉੱਥੇ ਆਪਾਂ ਲਾਈ ਹੈ। ਜਦੋਂ ਇਹ ਸੁੱਕ ਗਈ ਤਾਂ ਇੰਨੀ ਇਹ ਟਿਊਬ ਪੇਸਟ, ਟਿਊਬ ਕੰਮ ਕੀ ਕਰਦੀ ਹੈ, ਇਹ ਕੰਮ ਇਹ ਕਰਦੀ ਹੈ, ਇਹ ਵੀ ਇੱਕ ਤਰ੍ਹਾਂ ਦਾ ਖੁਸ਼ਬੂ ਛੁੱਟਦੀ ਹੈ, ਫੀਮੇਲ ਆਪਣੀ ਇੰਨੀ ਖੁਸ਼ਬੂ ਛੱਡ ਦਿੰਦੀ ਹੈ ਕਿ ਜਦੋਂ ਘੁਮੱਕੜ ਆਂਡੇ ਦੇਣ ਆਉਂਦਾ, ਮੀਟਿੰਗ ਕਰਨ ਵਾਸਤੇ ਆਉਂਦਾ ਜਦੋਂ, ਕਿਉਂਕਿ ਜਦੋਂ ਖੁਸ਼ਬੂ ਆਊਗੀ ਤਾਂ ਪਰਵਾਨੇ ਵੀ ਨਿਕਲ ਕੇ ਆਉਣਗੇ। ਜਦੋਂ ਪਰਵਾਨੇ ਨਿਕਲ ਕੇ ਆਉਣਗੇ
400 ਥਾਵਾਂ ਦੇ ਉੱਪਰ ਖੁਸ਼ਬੂ ਜਦੋਂ ਛੱਡੀ ਜਾਊਗੀ, ਜਿਹੜਾ ਘੁਮੱਕੜ ਜਿਹੜਾ ਪਰਵਾਨਾ ਹੈ, ਜਿਹੜਾ ਮੇਲ ਜਿਹੜਾ ਹੈ, ਖੁਸ਼ਬੂ ਕਿੰਨੀ ਛੱਡੀ ਜਾ ਰਹੀ ਹੈ ਫੀਮੇਲ ਦੀ, ਪਰਵਾਨਾ ਕਿਹੜਾ ਆ ਗਿਆ ਮੀਟਿੰਗ ਕਰਨ ਵਾਸਤੇ, ਮੇਲ ਦਾ ਨਰ ਆ ਗਿਆ। ਜਦੋਂ 400 ਥਾਂ ਦੇ ਉੱਪਰ ਇੰਨੀ ਗੈਸ ਟਾਈਪ ਖੁਸ਼ਬੂ ਫਿਰੋਮੋਨ ਛੱਡਦੀ ਹੈ, ਗੈਂਹ ਛੱਡਦੀ ਹੈ, ਤਾਂ ਉਹਦਾ ਦਿਮਾਗ ਖਰਾਬ ਹੋ ਜਾਂਦਾ ਵੀ ਕਿਸ ਪਾਸੇ ਜਾਣਾ ਕਿਸ ਪਾਸੇ ਨਹੀਂ ਜਾਣਾ। ਅਤੇ ਜਿਹੜੀ ਫੀਮੇਲ ਪਈ ਹੁੰਦੀ ਹੈ ਉਹਦੀ ਫਿਰੋਮੋਨ ਦੀ ਖੁਸ਼ਬੂ ਬਹੁਤ ਹੀ ਘੱਟ ਨਾ ਦੇ ਬਰਾਬਰ ਹੁੰਦੀ ਹੈ, ਆਸੇ ਪਾਸੇ ਖੁਸ਼ਬੂ ਇੰਨੀ ਹੋ ਜਾਂਦੀ ਹੈ, ਅਤੇ ਜਿਹੜੀ ਫੀਮੇਲ ਹੁੰਦੀ ਹੈ ਉਹ ਆਪਸ ਵਿੱਚ ਮੀਟਿੰਗ ਕਰ ਪਾਉਂਦੀ ਨਹੀਂ। ਜਦੋਂ ਮੀਟਿੰਗ ਨਹੀਂ ਹੋਊਗੀ ਤਾਂ ਆਂਡੇ ਨਹੀਂ ਦਿੱਤੇ ਜਾਣਗੇ, ਮਤਲਬ ਕਿ ਜਦੋਂ ਆਂਡੇ ਨਹੀਂ ਦਿੱਤੇ ਜਾਣਗੇ ਸੁੰਡੀ ਨਹੀਂ ਨਿਕਲੂਗੀ, ਜਾਂ ਸੁੰਡੀ ਨਹੀਂ ਨਿਕਲੂਗੀ ਤਾਂ ਨੁਕਸਾਨ ਨਹੀਂ ਹੋਊਗਾ। ਇਹ ਸਪਲੈਟ ਟੈਕਨੀਕਸ ਹੈ ਜਿਹੜੀ ਪੂਰੇ ਵਰਲਡ ਵਾਈਡ ਜਿਹੜੀ ਟੈਕਨੀਕਸ ਹੈ। ਕੋਈ ਖਰਚਾ ਵੀ ਮੈਨੂੰ ਲੱਗਦਾ ਹੁੰਦਾ, ਕੋਈ ਜ਼ਿਆਦਾ ਨਹੀਂ, ਜਿਵੇਂ ਆਮ ਨਰਮੀ ਦੇ ਸਪਰੇਆਂ ਦਾ ਖਰਚਾ ਆਉਂਦਾ ਉਹਨਾਂ 'ਚ ਖਰਚਾ ਬੈਠਦਾ ਹੈ, ਲੇਕਿਨ ਇਹ ਜਿਹੜੀ ਟੈਕਨੀਕ ਜਿਹੜੀ ਹੈ ਵਾਤਾਵਰਨ ਵਾਸਤੇ ਵੀ ਬੜੀ ਸੇਫ ਹੈ। ਕੋਈ ਵੀ ਰੈਜੀਡਿਊ ਜਿਹੜਾ ਹੈ, ਕੋਈ ਹਾਨੀਕਾਰਕ ਪ੍ਰਭਾਵ ਹੈ ਨਰਮੇ 'ਤੇ, ਕੋਈ ਸਟ੍ਰੈਸ ਨਹੀਂ, ਨਰਮਾ ਕੋਈ ਖੁਸ਼ਕੀ ਨਹੀਂ ਮਨਾਉਂਦਾ, ਇਹ ਟੈਕਨੀਕਸ ਬਹੁਤ ਵਧੀਆ ਹੈ। ਪਰ ਗੱਲ ਇਹ ਆਉਂਦੀ ਹੈ ਕਿ ਜੇਕਰ ਵਿਮਲ ਜੀ ਕਹਿਣਗੇ ਵੀ ਮੈਂ ਤਾਂ ਟਿਊਬ ਲਾ ਦੀ, ਤਾਂ ਗਵਾਂਢੀ ਕਹੂਗਾ ਲੈ ਉਹਨੇ ਤਾਂ ਟਿਊਬ ਲਾ ਰੱਖੀ ਤਾਂ ਆਪਣੇ ਕੀ ਫਰਕ ਪੈਂਦਾ ਹੈ। ਇਸ ਤਰ੍ਹਾਂ ਨਹੀਂ ਹੋਣਾ, ਇਹ ਆਪਾਂ ਨੂੰ ਵੱਡੇ ਪੱਧਰ 'ਤੇ ਕੋਸ਼ਿਸ਼ ਕਰਨੀ ਪੈਣੀ ਹੈ, ਕਿਉਂਕਿ ਪਰਵਾਨੇ 3-3 ਕਿਲੋਮੀਟਰ ਤੱਕ ਵੀ ਆ ਜਾਂਦੇ ਆ। ਜਿਵੇਂ ਮੱਕੀ ਦੀ ਗੱਲ ਆਈ ਹੈ, ਮੱਕੀ ਦਾ ਪਰਵਾਨਾ ਤਾਂ 100 ਕਿਲੋਮੀਟਰ ਤੋਂ ਵੀ ਆ ਜਾਂਦਾ ਕਿੱਥੋਂ ਜਾ ਕੇ, ਤਾਂ ਆਪਾਂ ਨੂੰ ਇੱਕ ਵੱਡੇ ਏਰੀਏ ਦੇ ਵਿੱਚ ਲਾਉਣੀ ਪਊਗੀ, ਇਹ ਆਪਣੇ ਲੈਵਲ 'ਤੇ ਕੰਮ ਕਰਨਾ ਪੈਣਾ। ਠੀਕ ਹੈ, ਤੁਹਾਨੂੰ ਪਹਿਲਾਂ ਮੈਂ ਛੱਡੀਆਂ ਦੀ ਗੱਲ ਵੀ ਕੀਤੀ ਤੁਹਾਡੇ ਨਾਲ, ਮੈਂ ਉਹ ਆਪ ਕਰਨਾ ਪੈਣਾ। ਟੈਕਨੀਕਸ ਤੁਹਾਨੂੰ ਦੇ ਦਿੱਤੀ ਹੈ, ਅਸਲਾ ਤੁਹਾਨੂੰ ਦੱਸਦਾ ਹੈ, ਲੇਕਿਨ ਜਿਹੜੀ ਟੈਕਨੀਕਸ ਜਿਹੜੀ ਤੁਸੀਂ ਯੂਜ਼ ਕਰਨੀ ਹੈ, ਇਹ ਤੁਸੀਂ ਵੱਡੇ ਪੱਧਰ ਦੇ ਉੱਪਰ 100-200-250 ਕਿੱਲਿਆਂ ਦੇ ਉੱਪਰ 4 ਜ਼ਿਮੀਂਦਾਰ ਬੈਠੇ ਹੋ, ਇਕੱਠੇ ਮਿਲ ਕੇ ਤੁਸੀਂ ਆਪਦਾ ਲਾ ਸਕਦੇ ਹੋ। ਕੋਸ਼ਿਸ਼ ਇਹ ਕਰਨੀ ਹੈ, ਇਹ ਨਹੀਂ ਵੀ ਕੰਮ ਨਹੀਂ ਕਰੂਗੀ, ਕੰਮ ਕਰੂਗੀ, ਜਿਹੜਾ ਰਿਜ਼ਲਟ 60-65% ਰਿਜ਼ਲਟ ਮਿਲੂਗਾ, 40-45% ਕੰਮ ਕਰੂਗੀ ਜਾ ਕੇ। ਕਿਉਂ, ਦੂਸਰਾ ਇਹ ਵੀ ਹੈ, ਸਪੋਜ਼ ਕਰੋ ਕਿ ਕਰਨੈਲ ਸਿੰਘ ਨੇ ਤਾਂ ਟੈਕਨੀਕ ਦੇ ਨੁਕਸਾਨ, ਬੈਨੀਫਿਟ ਅਤੇ ਨੋਨ ਬੈਨੀਫਿਟ ਦੋਨੋਂ ਚੀਜ਼ਾਂ ਹੁੰਦੀਆਂ। ਜੇਕਰ ਕਰਨੈਲ ਸਿੰਘ ਨੇ ਤਾਂ ਆਪਣੀ ਲਾ ਲਈ, ਜੇਕਰ ਪੜੋਸੀਆਂ ਨੇ ਨਹੀਂ ਲਾਈ, ਅਤੇ ਉਹਦੇ ਘੁਮੱਕੜ ਜਿਹੜਾ ਹੈ ਉਹ ਤਾਂ ਮੀਟਿੰਗ ਕਰਕੇ ਪਹਿਲੇ ਆ ਗਿਆ, ਹੁਣ ਤਾਂ ਮੈਦਾਨ ਨੇ ਅੰਡੇ ਦੇ ਹੀ ਦੇਣੇ ਜਾ ਕੇ। ਇਸ ਕਰਕੇ ਜਿਹੜੀ ਇੱਕ ਪਹਿਲੀ ਜਿਹੜੀ ਬਿਜਾਈ ਹੈ, ਆਪਾਂ ਇਕੱਠੇ ਆਪਸ ਹੋ ਕੇ ਇਹ ਜਿਹੜਾ ਹੈ ਏਰੀਆ ਸਿਲੈਕਟ ਕਰਕੇ ਆਪਦੇ ਹਿਸਾਬ ਨਾਲ ਇਹਨੂੰ ਇੰਪਲੀਮੈਂਟ ਕਰੀਏ। ਟੈਕਨੀਕਸ ਨੋ ਡਾਊਟ ਸਪਲੈਟ ਟੈਕਨੀਕ ਵਰਲਡ ਦੀ ਸਭ ਤੋਂ ਬੈਸਟ ਟੈਕਨੀਕਸ ਹੈ, ਅਤੇ ਵਾਤਾਵਰਨ ਵਾਸਤੇ ਬੜੀ ਹਿਤੈਸ਼ੀ ਜਿਹੜੀ ਟੈਕਨੀਕਸ ਹੈ ਇਹਦੀ। ਫਿਰ ਜਿਹੜੀ ਦੂਸਰੀ ਤੁਹਾਡੇ ਨੇ ਪਹਿਲੇ ਗੱਲ ਕੀਤੀ, ਆਪਾਂ ਫਿਰੋਮੋਨ ਸਿੰਪਲ ਲਾ ਕੇ ਆਪਾਂ ਵੇਖਣਾ ਵੀ ਗੁਲਾਬੀ ਸੁੰਡੀ ਆ ਰਹੀ ਹੈ ਕਿ ਨਹੀਂ ਆ ਰਹੀ। ਦੂਸਰਾ ਸਪਲੈਟ ਟੈਕਨੀਕ ਗੱਲ ਦੱਸੀ, ਬਾਕੀ ਫਿਰ ਤੀਸਰੀਆਂ ਗੱਲਾਂ ਤਾਂ ਫਿਰ ਦਵਾਈਆਂ ਵਾਲੀਆਂ ਗੱਲਾਂ ਬਚ ਜਾਂਦੀਆਂ ਜਿਹੜੀਆਂ ਤੁਹਾਨੂੰ ਮੈਂ ਮੋਟੀਆਂ ਮੋਟੀਆਂ ਦੱਸ ਦੇਵਾਂ ਕਿ ਅਸੀਂ ਦਵਾਈਆਂ ਜਿਹੜੀਆਂ ਹੈ ਜਿਹੜੀਆਂ ਟੈਸਟਿੰਗ ਕੀਤੀਆਂ 2 ਸਾਲ ਦੇ ਵਿੱਚ, ਕਿਉਂਕਿ ਨਰਮੇ ਦੀ ਗੁਲਾਬੀ ਸੁੰਡੀਆਂ ਨੂੰ ਆਰਟੀਫਿਸ਼ੀਅਲ ਵੀ ਵੇਖ ਰਹੇ ਹਾਂ, ਟੈਸਟਿੰਗ ਵੀ ਕਰ ਰਹੇ ਹਾਂ, ਤਾਂ ਜੇਕਰ ਆਪਾਂ ਨਰਮੇ ਦਾ ਗੇੜਾ ਮਾਰਦੇ ਰਹੀਏ, 100 ਟਿੰਡੇ ਵੇਖੀਏ, 100 ਫੁੱਲਗੁੜੀਆਂ ਵੇਖੀਏ, 100 ਆਪਾਂ ਸਰਵੇ ਜ਼ਰੂਰ ਕਰ ਦਈਏ 4th-5th ਦਿਨ ਜਾ ਕੇ, 100ਾਂ ਦੇ ਵਿੱਚ ਅਗਰ 5% ਵੀ 100 'ਚ ਆਪਾਂ 5 ਐਵੇਂ ਲੱਗਦੇ ਵੀ ਜਿਵੇਂ ਫੁੱਲ ਜਿਹੜੇ ਆ ਗੁਲਾਬ ਮਧਾਣੀ ਵਰਗੀ ਸ਼ਕਲ ਦੇ ਬਣ ਗਏ ਹੈ, ਮਤਲਬ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਪਊਗੀ, ਜਾਂ 100 'ਚ 5 ਐਵੇਂ ਦੇ ਟਿੰਡੇ ਬਣ ਗਏ ਜਿਹਦੇ ਮੋਹਰੇ ਵਿਖਦੇ, ਆਪਾਂ ਨੂੰ ਜਾ ਕੇ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਸਪਰੇਅ ਦੀ ਲੋੜ ਪਊਗੀ। ਤਾਂ ਇਹਨੂੰ ETL ਕਹਿੰਦੇ ਹਾਂ, ਆਰਥਿਕਤਾ ਸਤਰ 'ਤੇ। ਤੁਹਾਨੂੰ ਮੈਂ ਜੀਵਨ ਚੱਕਰ ਦੱਸਤਾ, ਪਹਿਲੇ ਵੀ ਸਪਰੇਅ ਕਰਤੀ ਤਾਂ ਵੀ ਕੋਈ ਫਾਇਦਾ ਨਹੀਂ, ਨਰਮੇ ਦੇ ਟਿੰਡੇ ਦੇ ਵਿੱਚ ਸੁੰਡੀ ਵੜ ਗਈ ਤਾਂ ਵੀ ਕੋਈ ਫਾਇਦਾ ਨਹੀਂ, ਅਤੇ ਵਿੱਚੇ ਵਾੜੇਗੀ ਤਾਂ ਸਪਰੇਅ ਨੇ ਕੰਮ ਨਹੀਂ ਕਰਨਾ। ਅਤੇ ਜਿਹੜਾ ਫੁੱਲਗੁੜੀ ਵਾਲਾ ਟਾਈਮ ਹੈ, ਇਹ ਫਿਰੋਮੋਨ ਟਰੈਪ ਹੋ ਗਏ, ਇਹ ਗੇੜਾ ਜ਼ਰੂਰ ਮਾਰਨਾ ਹੈ, ਗੇੜਾ ਮਾਰ ਕੇ ਸਰਵੇ ਕਰਦੇ ਰਹੀਏ। ਜਦੋਂ ਆਰਥਿਕ ਸਤਰ ਜਿਹੜਾ 5% ਤੱਕ ਜਿਹੜਾ ਹੈ ਪਹੁੰਚੇ, ਆਪਾਂ ਜਿਹੜੀਆਂ ਪਹਿਲੀਆਂ ਜਿਹੜੀਆਂ 60 ਤੋਂ ਲੈ ਕੇ 120 ਦਿਨ ਤੱਕ ਜਿਹੜੀ ਹੈ ਆਪਾਂ ਉਹ ਦਵਾਈਆਂ ਆਪਾਂ ਜਿਹੜੀਆਂ ਸਪਰੇਅ ਕਰ ਸਕਦੇ ਹਾਂ, ਜਿਹੜੀਆਂ ਕੁਛ ਹੱਦ ਤੱਕ ਜਿਹੜੀਆਂ ਆਂਡੇ ਨੂੰ ਵੀ ਮਾਰਦੀਆਂ ਹੁਣ ਜਿਹੜੀਆਂ ਹੈ। ਉਹਦੇ ਵਾਸਤੇ ਜਿਹੜੀ ਕਿਊਰਾਕਰਾਨ ਜਿਹੜੀ ਦਵਾਈ ਹੈ 500 ml ਜਿਹੜੀ ਹੋਗੀ, ਇਹ ਦਵਾਈਆਂ ਉਸੇ ਹਿਸਾਬ ਨਾਲ ਇਜਾਦ ਕੀਤੀਆਂ ਜਿਸ ਹਿਸਾਬ ਨਾਲ ਕੰਮ ਕਰਦੀਆਂ ਜਾ ਕੇ, ਕਿਉਂਕਿ ਇੱਕੋ ਦਵਾਈ ਦੀ ਲਗਾਤਾਰ ਵਰਤੋਂ ਕੰਮ ਕਰਦੇ ਹਾਂ ਆਪਾਂ ਤਾਂ ਦਵਾਈ ਦੀ ਸਮਰੱਥਾ ਘੱਟ ਜਾਂਦੀ ਹੈ। ਕਿਊਰਾਕਰੋਨ ਜਿਹੜੀ ਦਵਾਈ ਹੈ 500 ml ਹੋ ਗਈ, ਪ੍ਰੋਕਰੋਨ ਜਿਹੜੀ ਦਵਾਈ ਹੈ, ਐਮਮੈਕਟਿਨ ਬੈਂਜੋਇਡ ਜਿਹੜੀ ਦਵਾਈ ਹੈ ਉਹ 100 ਗ੍ਰਾਮ ਹੋ ਗਈ, ਇੰਡੋਕਸਾਕਾਰਬ ਜਿਹਨੂੰ ਆਪਾਂ ਭੁੱਲ ਗਏ ਸੀਗੇ ਅਵਾਂਟ ਨੂੰ, ਸੁਣੀਆਂ ਫਿਰ ਆ ਗਈਆਂ, ਫਿਰ ਧਿਆਨ ਰੱਖਣਾ ਪਊਗਾ, ਉਹ ਜਿਹੜੀ 200 ਗ੍ਰਾਮ ਹੈ। ਇੱਕ ਲਾਰਵਿਨ ਆਪਾਂ ਕਹਿੰਦੇ ਹਾਂ ਜਿਹੜੀ ਥਾਈਡੀਕਾਰਬ ਹੈ, ਜਿਹੜਾ ਉਹ 250 ਗ੍ਰਾਮ ਹੋ ਗਈ, ਅਤੇ ਇਥਿਓਨ ਜਿਹੜੀ ਦਵਾਈ ਹੈ 800 ਗ੍ਰਾਮ ਜਿਹੜੀ ਹੈ, ਆਪਾਂ ਇਹਦੀ ਜਿਹੜੀ 60 ਤੋਂ ਲੈ ਕੇ 120 ਦਿਨ ਦੇ ਨਰਮੇ ਵਿੱਚ ਆਪਾਂ ਇਹਨੂੰ ਕਿਸੇ ਦਵਾਈ ਨੂੰ ਆਪਾਂ ਅਦਲ ਬਦਲ ਕੇ ਆਪਾਂ ਨੂੰ ਸਪਰੇਅ ਕਰ ਸਕਦੇ ਹਾਂ। ਇਹਦੇ ਬਾਅਦ ਜਦੋਂ 120 ਦਿਨ ਦੇ ਬਾਅਦ ਹੁੰਦਾ ਕੀ ਹੈ ਕਿ ਕਿਸਾਨ ਵੀਰ ਕਹਿੰਦੇ ਯਾਰ ਰੱਬ ਤੋਂ ਨਰਮਾ, ਹੁਣ ਤੋਂ ਨਰਮਾ ਹੋ ਗਿਆ ਯਾਰ ਇਹਨੂੰ ਕੀ, ਪਰ ਮੈਂ ਦੱਸ ਦੇਵਾਂ ਜਿਹੜੀ ਸਤੰਬਰ ਅਕਤੂਬਰ ਨਵੰਬਰ ਦੇ ਵਿੱਚ ਲਾਸਟ ਜਿਹੜੀਆਂ ਸਪਰੇਆਂ ਕਰਨੀਆਂ ਬਹੁਤ ਜ਼ਰੂਰੀ ਹੈ। ਉਹ ਇਸ ਕਰਕੇ ਆਪਣੇ ਗੁਲਾਬੀ ਸੁੰਡੀ ਦਾ ਅਟੈਕ ਕਿਉਂ ਹੋਇਆ, ਕਿਉਂਕਿ ਲਾਸਟ ਇਹ ਚਿੱਟੇ ਮੱਛਰ ਦਾ ਅਟੈਕ ਨਹੀਂ ਰਿਹਾ ਨਾ, ਆਪਾਂ 2-3 ਸਪਰੇਆਂ ਨਹੀਂ ਕੀਤੀਆਂ ਲਾਸਟ
ਪਹਿਲੇ 6 ਕੀਤੀਆਂ, ਲਾਸਟ 2 ਸਪਰੇਅ ਨਾਲ ਆਪਣਾ ਕੰਮ ਚੱਲ ਗਿਆ ਯਾਨੀ ਕਿ ਜਾ ਕੇ, ਕਿਉਂਕਿ ਪ੍ਰੋਫੈਨੋਫਾਸ ਆਪਾਂ ਥ੍ਰਿਪ ਵਾਸਤੇ ਕਰਦੇ ਸੀ, ਜਿਹੜੇ ਰਹਿੰਦ ਖੁਰਦ 'ਚ ਖਤਮ ਹੋ ਜਾਂਦੀ ਸੁੰਡੀ ਜਿਹੜੀ ਹੈ, ਤਾਂ ਮਗਰੋਂ ਜਾ ਕੇ ਜਿਹੜੀਆਂ ਆਪਾਂ ਸਿੰਥੈਟਿਕ ਪੈਥਰਾਇਡਸ ਹੈ ਉਹਨੂੰ ਆਪਾਂ ਯੂਜ, ਕਿਉਂਕਿ 100-150 ਰੁਪਏ ਕਿੱਲੇ ਦਾ ਖਰਚਾ ਹੀ ਬੈਠਦਾ, ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਆਪਾਂ ਜਾ ਕੇ। ਜਦੋਂ ਨਰਮਾ ਆਪਣਾ 125 ਦਿਨ ਤੋਂ ਲੈ ਕੇ 150 ਦਿਨ ਦਾ ਆਪਣਾ ਨਰਮਾ ਹੋ ਗਿਆ, ਉਹਦੇ ਵਿੱਚ ਆਪਾਂ 300 ਗ੍ਰਾਮ ਜਿਹੜੀ ਡੈਨੀਟੋਲ ਹੈ ਜਿਹਨੂੰ ਆਪਾਂ ਫੈਨਪ੍ਰੋਫਰਥਿਨ ਕਹਿ ਦਿੰਦੇ ਹਾਂ ਆਪਾਂ, 80 ਗ੍ਰਾਮ ਜਿਹੜੀ ਸਾਈਪਰਮਾਈਥਿਨ, 25 EC ਜਿਹੜੀ ਆ, ਅਤੇ 100 ml ਜਿਹੜੀ ਫੈਨਵਲ ਹੈ। ਪਹਿਲੇ ਜਿਹੜੀ ਦਵਾਈਆਂ ਚੱਲਦੀਆਂ ਕਿ ਫੈਨਵਲ ਦਾ ਨਾਮ ਚੱਲਦਾ ਸੀਗਾ, 100 ml ਫੈਨਵਲ ਜਿਹੜੀ ਦਵਾਈ ਹੈ, ਜਾਂ ਡੈਸਿਸ ਜਿਹੜੀ 160 ml ਡੈਲਟਾ ਮੈਥਿਨ ਹੈ, ਖਤਮ ਹੋ ਗਿਆ, ਇਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਅਤੇ ਜੇਕਰ ਥ੍ਰਿਪ ਦਾ ਅਤੇ ਗੁਲਾਬੀ ਸੁੰਡੀ ਦਾ ਅਟੈਕ ਇਕੱਠਾ ਹੁੰਦਾ ਹੈ, ਤਾਂ ਜਿਹੜੀ ਹੈ ਡੈਲੀਗੇਟ ਜਿਹੜੀ ਦਵਾਈ ਹੈ ਸਪਿੰਟਰੋਮ ਹੈ ਜਿਹੜੀ, 170 ਗ੍ਰਾਮ ਕਿੱਲੇ ਦਾ ਹਿਸਾਬ ਨਾਲ ਸਪਰੇਅ ਕਰ ਸਕਦੇ ਹਾਂ। ਮੈਂ ਇੰਨੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ। ਤਾਂ ਕਿਸਾਨ ਦੋਸਤੋ, ਪਿੰਕ ਬੋਲਵੋਮ ਜਿਹੜਾ ਹੈ ਇੱਕ ਵਰਲਡ ਦਾ ਬਹੁਤ ਹੀ ਖਤਰਨਾਕ ਕੀੜਾ ਹੈ, ਤੁਹਾਡੇ ਨਾਲ ਪਹਿਲੀ ਗੱਲ ਕੀਤੀ ਇਹਦੇ ਜੀਵਨ ਚੱਕਰ ਬਾਰੇ, ਇਹਦੀ ਲਾਈਫ ਸਾਈਕਲ ਬਾਰੇ, ਕਿੱਥੋਂ ਇਹ ਬਣਦਾ ਹੈ, ਕਿੱਥੋਂ ਇਹ ਬਰੂਦ ਆਸੇ ਪਾਸੇ ਪਿਆ ਹੈ। ਹੁਣ ਵੀ ਆਪਾਂ ਫਿਰੋਮੋਨ ਟ੍ਰੈਪ ਜਿਹੜਾ ਆਪੇ ਜਿੰਨੀ ਫੈਕਟਰੀ ਦੇ ਜਾਂ ਨਰਮੇ ਛੱਟੀਆਂ ਦੇ ਆਸੇ ਪਾਸੇ ਲਾਵਾਂਗੇ, ਸਭ ਤੋਂ ਪਹਿਲੇ ਇਹਦੇ 'ਚ ਹੀ ਆਉਣਗੇ ਜਾ ਕੇ। ਹਾਲਾਂਕਿ ਆਪਣੀ ਬਿਜਾਈ ਹੁਣ ਸਟਾਰਟ ਹੋ ਚੁੱਕੀ ਹੈ, ਤਾਂ ਆਪਣੇ ਕੋਲ ਹਾਲੇ ਟਾਈਮ ਹੈ ਜਿੰਨਾ ਆਪਾਂ ਸੰਭਾਲ ਸਕਦੇ ਆਪਾਂ ਕੰਟਰੋਲ ਕਰ ਲਈਏ। ਲੇਕਿਨ ਮੈਨੂੰ ਇਹ ਪਤਾ ਵੀ ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨ ਵੀਰ ਇੰਨੇ ਹਿੰਮਤੀ ਨੇ, ਇਹਨੇ ਵਾਈਟ ਫਲਾਈ ਨੂੰ ਵੀ ਕੰਟਰੋਲ ਕੀਤਾ, ਖੇਤੀਬਾੜੀ ਮਹਿਕਮੇ ਨਾਲ ਮਿਲ ਕੇ, ਯੂਨੀਵਰਸਿਟੀ ਨਾਲ ਮਿਲ ਕੇ ਹਮੇਸ਼ਾ ਇੰਨੇ ਇੰਨੇ ਕੈਂਪ ਲੱਗ ਰਹੇ ਨੇ। ਅਗਰ ਜੇਕਰ ਆਪਾਂ ਨੂੰ ਇਹਦੀ ਹਰੇਕ ਸਟੇਜ ਦੇ ਇਲਮ ਦੇ ਬਾਰੇ ਪਤਾ ਹੈ ਵੀ ਜਾਣਕਾਰੀ ਆਪਾਂ ਨੂੰ, ਤਾਂ ਕੀੜਾ ਆਪਣੇ ਵਾਸਤੇ ਕੰਟਰੋਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਅਤੇ ਫਿਰ ਮੈਂ ਕਹੂੰਗਾ ਕਿ ਇੰਨਾ ਖਤਰਨਾਕ ਕੀੜਾ ਵੀ ਨਹੀਂ ਹੈਗਾ, ਜੇਕਰ ਮੈਂ 5-7 ਗੱਲਾਂ ਤੁਹਾਨੂੰ ਦੱਸੀਆਂ, ਇਹਨਾਂ ਨੂੰ ਜੇਕਰ ਆਪਾਂ ਇੰਪਲੀਮੈਂਟ ਕਰ ਲਈਏ ਆਪਣੀ ਰੋਜ਼ ਫਸਲੀ ਚੱਕਰ ਦੇ ਵਿੱਚ, ਰੋਜ਼ ਦੀ ਫਸਲਾਂ ਦੇ ਕੰਮਾਂ ਦੇ ਵਿੱਚ, ਤਾਂ ਆਪਾਂ ਤਰੀਕੇ ਨੂੰ ਬਹੁਤ ਵਧੀਆ ਤਾਂ ਕੰਟਰੋਲ ਕਰ ਸਕਦੇ ਹਾਂ। ਥੈਂਕ ਯੂ ਜੀ, ਧੰਨਵਾਦ ਜੀ।